ਅੰਦੀਅੱਜ ਆਪਾਂ ਆਲੂ ਪਾਲਕ ਦੀ ਸਬਜ਼ੀ ਬਣਾਈ ਆਲੂ ਪਾਲਕ ਦੀ ਸਬਜ਼ੀ ਦੀ ਰੈਸਪੀ ਦੇਖਣ ਲਈ ਪੂਰਾ ਵਲੌਗ ਦੇਖਣਾ ਹਾਂਜੀ ਸਟਾਰਟ ਕਰਦੇ ਆ ਜੀ ਦਾ ਵਲੌਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਕੌਰ ਤੁਹਾਡਾ ਆਪਣੇ ਚੈਨਲ ਪ੍ਰੀਤ ਰੀਅਲ ਲਾਈਫ ਵਲੌਗ ਵਿੱਚ ਸਵਾਗਤ ਕਰਦੀ ਹਾਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਇਹ 12 ਤਰੀਕ ਦਾ ਵਲੌਗ ਹੈ ਤੁਸੀਂ ਦੇਖ ਰਹੇ ਹੋ ਵੀ ਬੱਦਲਵਾਈ ਜੀ ਉੱਪਰ ਕਾਫੀ ਹੋਈ ਵੀ ਹੈ ਸਵੇਰ-ਸਵੇਰ ਦਾ ਟਾਈਮ ਹੈ ਕੋਈ 7:00 ਸਵਾ 7:00 ਦਾ ਰਾਤੀ ਥੋੜਾ ਜਿਹਾ ਮੀਂਹ ਵੀ ਪਿਆ ਸੀ ਤੇ ਹਵਾ ਵੀ ਕਾਫੀ ਜ਼ਿਆਦਾ ਚੱਲੀ ਸੀਗੀ ਤੇ ਮੌਸਮ ਸੁਹਾਵਣਾ ਜਿਹਾ ਹੋਇਆ ਪਿਆ ਸੀ ਮੈਨੂੰ ਵਧੀਆ ਲੱਗਾ ਮੌਸਮ ਵਿੱਚ ਵੀਡੀਓ ਸ਼ੂਟ ਕਰ ਲਈ ਉਸ ਜੀ ਦੀ ਪਰ ਜਿਹੜੇ ਕਿਸਾਨ ਵਿਚਾਰੇ ਦਿੱਲੀ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦੇ ਲਈ ਬਾਰਿਸ਼ ਚੰਗੀ ਬਣੇਗੀ ਕਿਉਂਕਿ ਇੱਕ ਤਾਂ ਠੰਡ ਕਾਫੀ ਜ਼ਿਆਦਾ ਹੋ ਰਹੀ ਹੈ ਮੀਂਹ ਪੈਣ ਦੇ ਨਾਲ ਤੇ ਬਾਕੀ ਉੱਥੇ ਹੁਣ ਆਪਾਂ ਨੂੰ ਵੀ ਪਤਾ ਹੀ ਇਹ ਵੀ ਸਾਰਾ ਔਖਾ ਬਹੁਤ ਹੋਇਆ ਪਿਆ ਚਲੋ ਮਾਲਕ ਭਲੀ ਕਰੇ ਉਹ ਵੀ ਆਪਣੀ ਜੰਗ ਜਿੱਤ ਕੇ ਵਾਪਸ ਆਉਣ ਹਾਂਜੀ ਮੈਂ ਹੁਣ ਅੰਦਰ ਆ ਚੁੱਕੀ ਹਾਂ ਝਾੜੂ ਤਾਂ ਮੈਂ ਕੱਢ ਲਿਆਏ ਤੇ ਬਸ ਪੋਚਾ ਲਗਾ ਰਹੀ ਹਾਂ ਡਸਟਿੰਗ ਵੀ ਸਾਰੀ ਹੋ ਚੁੱਕੀ ਆ ਗੱਟਾ ਤੇ ਵੀ ਮੈਂ ਕਪੜਾ ਮਾਰਤਾ ਸਾਰੀ ਸਫਾਈ ਕਰ ਲਈ ਆ बस ਉੱਪਰ ਪੋਚਾ ਮੈਂ ਢੇਲੀ ਤਾਂ ਨਹੀਂ ਲਾਉਂਦੀ ਹੁੰਦੀ ਵੀ ਤੀਜੇ ਚੌਥੇ ਦੇ ਦਿਨ ਲਾਉਣੀ ਹੁੰਨੀ ਆ ਕਿਉਂਕਿ ਉੱਪਰ ਇੰਨਾ ਜ਼ਿਆਦਾ ਗੰਦ ਤਾਂ ਪੈਂਦਾ ਨਹੀਂਗਾ ਤੁਹਾਨੂੰ ਲਾਸਟ ਵੀਡੀਓ ਜੀ ਵੀ ਦੱਸਿਆ ਸੀ ਉੱਪਰ ਜ਼ਿਆਦਾ ਨਹੀਂ ਆਉਂਦੇ ਅਸੀਂ ਨੀਚੇ ਜ਼ਿਆਦਾ ਰਹਿਣੇ ਹੁੰਨੇ ਬਸ ਉੱਪਰ ਤਾਂ ਜਦੋਂ ਧੁੱਪ ਸੇਕਣੀ ਹੁੰਦੀ ਉਦੋਂ ਹੀ ਆਉਂਨੇ ਆ ਉਹ ਵੀ ਬਾਹਰ ਵੇੜੇ ਦੇ ਵਿੱਚ ਬੈਠ ਜਾਈਦਾ ਵਾ ਬਟ ਹੁਣ ਮੈਂ ਸੋਚ ਰਹੀ ਆ ਵੀ ਮੈਂ ਕਿਚਨ ਦਾ ਸਾਰਾ ਸਮਾਨ ਉੱਪਰ ਲੈ ਆਵਾਂ ਸ਼ਿਫਟ ਹੋ ਜਾਵੇਂ ਉੱਪਰ ਮੈਂ ਤੇ ਪਰ نیچے ਥੋੜੀ ਜਿਆਦਾ ਹਣੀ ਜਾਣੀ ਰਹਿੰਦੀ ਏ ਵੀ ਦੁਕਾਨ ਵੀ ਘਰ ਚ ਦੁਕਾਨ ਦਾ ਕਰਕੇ ਤੇ ਫਿਰ ਚਾਹ ਬਿੰਦ-ਬਿੰਦੇ ਬਾਣਨੀ ਤੇ ਫਿਰ ਉੱਪਰ ਤੋਂ نیچے ਉਹਨਾਂ ਥੋੜਾ ਔਖਾ ਜਿਹਾ ਲੱਗਦਾ ਵਾ ਤੇ ਥੱਲੇ ਤਾਂ ਚਲੋ ਨਿਗਾ ਵੀ ਰਹਿ ਜਾਂਦੀ ਕਿਸੇ ਟਾਈਮੇ ਨਹੀਂ ਦੁਕਾਨ ਤੇ ਹੁੰਦੇ ਕਿ ਤੇ ਆਪ ਵੀ ਉੱਥੇ ਨਿਗਾ ਮਾਰ ਲਈਦੀ ਆ ਬਸ ਜੱਕਾ ਤੱਕਾ ਜੀ ਆ ਚਲੋ ਦੇਖਦੇ ਆ ਕਿਦਨ ਲੈ ਕੇ ਆਉਨੇ ਉੱਪਰ ਸਮਾਨ ਤੇ ਸਰਦੀਆਂ ਦੇ ਵਿੱਚ ਵਸੇ ਉੱਪਰ ਸੌਖਾ ਤੇ ਗਰਮੀਆਂ ਦੇ ਵਿੱਚ ਮੈਂ نیچے ਸਮਾਨ ਕਰ ਲੈ ਜਾਨੀ ਉਹ ਨਹੀਂ ਕਿਚਨ ਦਾ ਉੱਪਰ ਸਾਡੇ ਸੁਸਰੀ ਬਹੁਤ ਜ਼ਿਆਦਾ ਆ ਜਾਂਦੀ ਏ ਸਾਡੇ ਇੱਥੇ ਨੇੜੇ ਗੋਦਾਮ ਨੇ ਤੇ ਸਾਨੂੰ ਸੁਸਰੀ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਇੱਥੇ ਤਾਂ ਕਰਕੇ نیچے ਸਮਾਨ ਨੂੰ ਲੈ ਜਾਈਦਾ ਗਰਮੀ ਦੇ ਵਿੱਚ ਹਾਂਜੀ ਬਸ ਪੋਚਾ ਮੇਰਾ ਤਕਰੀਬਨ ਲੱਗ ਹੀ ਗਿਆ ਏ ਤੇ ਪੋਚਾ ਲਗਾ ਕੇ ਤੇ ਫਿਰ ਆਪਾਂ نیچے ਜਾਵਾਂਗੇ ਸਬਜ਼ੀ ਦੀ ਤਿਆਰੀ ਕਰਾਂਗੇ ਕਿਚਨ ਦੇ ਵਿੱਚ ਜਾ ਕੇ ਹਾਂਜੀ ਪਾਲਕ ਮੈਂ ਰਿਜਨੀ ਧਰਤੀਆ ਕੁੱਕਰ ਦੇ ਵਿੱਚ ਪਾਲਕ ਨੂੰ ਮੈਂ ਬਿਨਾ ਕੱਟੇ ਤੋਂ ਬਣਾਵਾਂਗੀ ਉਹਦੇ ਗ੍ਰाइंड ਕਰਕੇ ਤੜਕਾ ਮੇਰਾ ਕੱਟ ਕੇ ਤਿਆਰ ਆ ਲਸਣ ਅਦਰਕ ਵੀ ਮੈਂ ਸ਼ੈਲਲੇ ਚਾਰ ਪੰਜ ਮੈਂ ਹਰੀਆਂ ਮਿਰਚਾਂ ਲਈਆਂ ਦੋ ਟਮਾਟਰ ਲਏ ਨੇ ਉਧਰ ਮੈਂ ਕੜਾਈ ਦੇ ਵਿੱਚ ਤੇਲ ਪਾ ਕੇ ਰੱਖ ਦਿੱਤਾ ਹੈ ਗਰਮ ਹੋਣ ਦੇ ਲਈ ਆਲੂ ਵੀ ਮੈਂ چیر ਕੇ ਰੱਖ ਲੈਨੇ ਤੇ ਲਸਣ ਦਾ ਤੇ ਅਦਰਕ ਦਾ ਮੈਂ ਪੇਸਟ ਬਣਾਉਂਗੀ ਤੇਲ ਮੇਰਾ ਗਰਮ ਹੋ ਗਿਆ ਤੇ ਇਸ ਵਿੱਚ ਮੈਂ ਜੀਰਾ ਪਾ ਦੂੰਗੀ ਜਦੋਂ ਜਿੰਨਾ ਚਿਰ ਹਲਕਾ ਬਰਾਊਨ ਨਹੀਂ ਹੋ ਜਾਂਦਾ ਉਸ ਤੋਂ ਬਾਅਦ ਮੈਂ ਇਸ ਵਿੱਚ ਪਿਆਜ਼ ਐਡ ਕਰ ਦੂੰਗੀ ਪਿਆਜ਼ਾਂ ਨੂੰ ਐਡ ਕਰਕੇ ਮੈਂ ਉਸ ਨੂੰ ਚੰਗੀ ਤਰ੍ਹਾਂ ਚਲਾ ਦੂੰਗੀ ਹਾਂਜੀ ਪਿਆਜ਼ਾਂ ਨੂੰ ਆਪਾਂ ਹਲਕਾ ਭੂਰਾ ਹੋਣਾ ਤੱਕ ਭੁੰਨ ਲੈਣਾ ਹੈ ਤੇ ਉਦੋਂ ਮੈਂ ਟਮਾਟਰ ਤੇ ਹਰੀਆਂ ਮਿਰਚਾਂ ਕੱਟੀਆਂ ਕੱਟ ਕੇ ਰੱਖ ਲੀਆਂ ਨੇ ਤੇ ਲਸਣ ਤੇ ਅਦਰਕ ਦਾ ਮੇਰਾ ਪੇਸਟ ਬਣ ਕੇ ਰੈਡੀ ਹੈ ਹਾਂਜੀ ਅਦਰ ਮੇਰੀ ਪਾਲਕ ਵੀ ਰੈਡੀ ਹੈਗੀ ਏ ਤੇ ਮੈਂ ਇਸ ਨੂੰ ਗ੍ਰाइंड ਕਰ ਲਵਾਂਗੀ ਗ੍ਰਾਇੰਡਰ ਦੇ ਨਾਲ ਪਾਲਕ ਮੇਰੀ ਜਿਆਦਾ ਬਰੀਕ ਸੀ ਤਾਂ ਕਰਕੇ ਮੈਂ ਕੱਟ ਕੇ ਨਹੀਂ ਬਣਾਈਗੀ ਮੈਂ ਇਸ ਨੂੰ ਇਦਾਂ ਹੀ ਬਣਾਲਿਆ ਗਰੇਵੀ ਬਣਾ ਕੇ ਤੁਸੀਂ ਕੱਟ ਕੇ ਵੀ ਬਣਾ ਸਕਦੇ ਹੋ ਜਿੱਦਾਂ ਤੁਹਾਨੂੰ ਦੀ ਚੋਇਸ ਹੈ ਤੜਕਾ ਮੇਰਾ ਪੁੱਜ ਗਿਆ ਏ ਇਸ ਦੇ ਵਿੱਚ ਮੈਂ ਹੁਣ ਟਮਾਟਰ ਤੇ ਹਰੀ ਮਿਰਚ ਪਾ ਦਾਂਗੀ ਤੇ ਇਸ ਨੂੰ ਚਲਾ ਦਾਂਗੀ ਉਸ ਤੋਂ ਬਾਅਦ ਮੈਂ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਪਾ ਲੂੰਗੀ ਤੇ ਇਹ ਫਿਰ ਇਸ ਨੂੰ ਮੈਂ ਚਲਾਉਂਦੇ ਹੋਏ ਥੋੜੀ ਟਾਈਮ ਲਈ ਛੱਡ ਦੂੰਗੀ ਲੋ మీడియం ਫਲੇਮ ਤੇ ਜਦ ਤੱਕ ਟਮਾਟਰ ਮੇਰੇ ਭੁੱਜ ਨਹੀਂ ਜਾਂਦੇ ਉਹਨਾ ਟਾਈਮ ਮੈਂ ਇਸ ਨੂੰ ਹਿਲਾਈ ਜਾਊਂਗੀ ਤੇ ਕੜਛੀ ਨਾਲ ਥੋੜਾ ਥੋੜਾ ਮੈਸ਼ ਕਰਦੀ ਰਹੂੰਗੀ ਹਿੱਤ ਤੁਸੀਂ ਦੇਖ ਸਕਦੇ ਹੋ ਮੈਂ ਕੜਛੀ ਦੇ ਨਾਲ ਟਮਾਟਰ ਨੂੰ ਮੈਸ਼ ਕਰ ਰਹੀ ਹਾਂ ਹਾਂਜੀ ਉਸ ਵੇਲੇ ਮੈਂ ਹੁਣ ਲਸਣ ਤੇ ਅਦਰਕ ਦਾ ਪੇਸਟ ਪਾ ਦਾਂਗੀ ਤੇ ਇਸ ਨੂੰ ਥੋੜੀ ਥੋੜੇ ਟਾਈਮ ਲਈ ਮੈਂ ਸੇਕ ਲਵਾਉਂਗੀ ਤਾਂ ਜੋ ਮੇਰਾ ਇਹ ਵੀ ਭੁੱਜ ਜਾਵੇ ਲਸਣ ਤੇ ਅਦਰਕ ਵੀ ਹਾਂਜੀ ਮੈਂ ਹੁਣ ਇਸ ਵਿੱਚ ਰੈੱਡ ਚਿੱਲੀ ਪਾਊਡਰ ਪਾਉਂਗੀ ਤੇ 2 ਚਮਚ ਹਲਦੀ ਪਾਊਡਰ ਪਾਉਂਗੀ ਤੇ ਮਸਾਲੇ ਨੂੰ ਸਵਾਰ ਕੇ ਪਉਨ ਲਵਾਂਗੀ ਪਹਿਲਾਂ ਮੈਂ ਇਦਾਂ ਹੀ ਇਸ ਮਸਾਲੇ ਨੂੰ ਸੇਕ ਲਵਾਉਂਗੀ ਹਾਂਜੀ ਹੁਣ ਮੇਰਾ ਤੜਕੇ ਨੂੰ ਮੈਂ ਉਦਾਂ ਸੇਕ ਲਵਾ ਲਿਆ ਮਸਾਲਿਆਂ ਨੂੰ ਸੁੱਕਿਆਂ ਨੂੰ ਤੇ ਉਸ ਤੋਂ ਬਾਅਦ ਵਿੱਚ ਮੈਂ ਇਸ ਵਿੱਚ ਥੋੜਾ ਪਾਣੀ ਐਡ ਕਰੂੰਗੀ ਹਿੱਤ ਤੁਸੀਂ ਦੇਖ ਸਕਦੇ ਹੋ ਮੈਂ ਪਾਣੀ ਐਡ ਕਰ ਲਿਆ ਤੇ ਮੈਂ ਇਸ ਨੂੰ ਹੁਣ ਸਵਾਰਕੇ ਚਲਾ ਕੇ ਤੇ ਥੋੜਾ ਟਾਈਮ ਲਈ ਸੇਕ ਤੇ ਛੱਡ ਦੂੰਗੀ ਤਾਂ ਜੋ ਮਸਾਲਿਆਂ ਦਾ ਕੱਚਾਪਨ ਨਿਕਲ ਜਾਵੇ ਮਸਾਲੇ ਨੂੰ ਮੈਂ ਉਨਾਂ ਨਿਰ ਤੱਕ ਭੁੰਨੂਗਾ ਜਦ ਤੱਕ ਏ ਆਪਣਾ ਤੇਲ ਵੱਖਰਾ ਨਹੀਂ ਹੋ ਜਾਂਦਾ ਆ ਪਿਆਜ਼ ਆਪਣਾ ਤੇਲ ਨਹੀਂ ਛੱਡ ਦਿੰਦੇ ਕਿਉਂ ਨਾ ਟਾਈਮ ਤੱਕ ਮੈਂ ਇਹਨਾਂ ਨੂੰ ਭੁੰਨੂੰਗੀ ਤੁਸੀਂ ਦੇਖ ਸਕਦੇ ਹੋ ਪਿਆਜ਼ਾਂ ਤੋਂ ਤੇਲ ਵੱਖਰਾ ਹੋ ਗਿਆ ਏ ਹੁਣ ਮੈਂ ਇਸ ਦੇ ਵਿੱਚ ਜਿਹੜੇ ਆਲੂ ਕੱਟ ਕੇ ਰੱਖੇ ਹੋਏ ਸੀ ਮੈਂ ਉਹ ਪਾ ਦੂੰਗੀ ਆਲੂ ਨਵੇਂ ਸੀ ਤਾਂ ਕਰਕੇ ਮੈਂ ਛਿਲਦੀ ਨਹੀਂ ਹੁੰਦੀ ਮੈਂ ਉਹਦੇ ਸਵਾਰ ਕੇ ਧੋਕੇ ਕੱਟ ਲੈਣੇ ਹੁੰਨੇ ਆ ਤੇ ਜੇ ਪੁਰਾਣੇ ਹੁਣ ਤਾਂ ਫਿਰ ਮੈਂ ਛੱਲ ਕੇ ਬਣਾਉਣੀ ਹੁੰਨੀ ਆ ਅਦਰਵਾਈਜ਼ ਮੈਂ ਆਲੂ ਨੂੰ ਛੇਲਣਾ ਸਕਿੱਪ ਕਰਦੀ ਹੁੰਨੀ ਆ ਹਾਂਜੀ ਮੈਂ ਆਲੂ ਨੂੰ ਸਵਾਰ ਕੇ ਹਲਾ ਕੇ ਤੇ ਮੈਂ ਇਸ ਨੂੰ ਫਿਰ ਬਿਨਾ ਪਾਣੀ ਤੋਂ ਇਹਨਾਂ ਨੂੰ ਭੁੰਨ ਲਵਾਂਗੀ ਥੋੜਾ ਟਾਈਮ ਲਈ ਤੇ ਇਹਨਾਂ ਨੂੰ ਕਵਰ ਕਰਕੇ ਰੱਖ ਦੂੰਗੀ ਹਾਂਜੀ ਆਲੂਨ ਮੇਰੇ ਨੂੰ ਸੇਕ ਲੱਗ ਗਿਆ ਅੱਧ ਪੱਕੇ ਜਿਹੇ ਹੋ ਗਏ ਆ ਤੇ ਉਸ ਤੋਂ ਬਾਅਦ ਮੈਂ ਇਸ ਦੇ ਵਿੱਚ ਜਿਹੜੀ ਮੈਂ ਗਰੇਵੀ ਬਣਾਈ ਸੀਗੀ ਪਾਲਕ ਦੀ ਗ੍ਰाइंड ਕਰਕੇ ਪਾਲਕ ਰੱਖਤੀ ਸੀ ਮੈਂ ਉਸ ਨੂੰ ਇਹਦੇ ਵਿੱਚ ਐਡ ਕਰ ਦੂੰਗੀ ਤਾਂ ਜੋ ਬਾਕੀ ਜਿਹੜਾ ਮਰਾ ਆਲੂਣ ਹਲੇ ਸੇਕ ਲੱਗਣ ਵਾਲਾ ਰਹਿੰਦਾ ਤੇ ਉਹ ਪਾਲਕ ਦੇ ਨਾਲ ਹੀ ਸੇਕ ਲੱਗ ਜੂਗਾ ਤੇ ਜਿਹੜਾ ਪਾਲਕ ਦੇ ਵਿੱਚ ਪਾਣੀ ਸੀ ਮੈਂ ਉਹਦੇ ਹੀ ਗ੍ਰाइंड ਕਰ ਲਿਆ ਸੀ ਤੇ ਉਹ ਵਾਲਾ ਪਾਣੀ ਇਧਰ ਨਾਲ ਤਾਂ ਆਲੂਣ ਸੇਕ ਲੱਗ ਜੂਗਾ ਨਾਲੇ ਮੇਰੀ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਹਾਂਜੀ ਸਵਾਰ ਕੇ ਚਲਾ ਕੇ ਇਹਨੂੰ ਸਬਜ਼ੀ ਨੂੰ ਤੇ ਆਪਾਂ ਬਾਅਦ ਵਿੱਚ ਕਵਰ ਕਰਕੇ ਰੱਖ ਦੇਣਾ ਵਾ ਤੇ ਆਪਣੀ ਸਬਜ਼ੀ ਇਸ ਤੋਂ ਬਾਅਦ ਬਣ ਕੇ ਰੈਡੀ ਹੋ ਜਾਊਗੀ ਤੁਸੀਂ ਪਾਲਕ ਕੱਟ ਕੇ ਵੀ ਬਣਾ ਸਕਦੇ ਹੋ ਜਿੱਦਾਂ ਤੁਹਾਡੀ ਚੋਅ ਐ ਤੇ ਮੈਂ ਜ਼ਿਆਦਾ ਇਦਾਂ ਹੀ ਬਣਾਉਣੀ ਹੁੰਦੀ ਮੈਨੂੰ ਇਦਾਂ ਵਧੀਆ ਲੱਗਦੀ ਆ ਹਾਂਜੀ ਮੈਂ ਪਾਲਕ ਨੂੰ ਕਵਰ ਕਰਤਾ ਏ ਹਾਂਜੀ ਸਬਜ਼ੀ ਮੇਰੀ ਬਣ ਕੇ ਰੈਡੀ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਮੈਨੂੰ ਜਿੰਨੀ ਕਿ ਥਿਕ ਚਾਹੀਦੀ ਸੀ ਮੈਂ ਓਨੀ ਕੁ ਸਬਜ਼ੀ ਰੱਖ ਲਈ ਆ ਜਿੰਨਾ ਕਿ ਮੈਨੂੰ ਪਾਣੀ ਦੀ ਜ਼ਰੂਰ ਸੀ ਓਨਾਂ ਕੇ ਸੁਕਾ ਲਿਆ ਮੈਂ ਹਾਂਜੀ ਹੁਣ ਨੈਕਸਟ ਦੁਪਹਿਰ ਦੀ ਇਹ ਵੀਡੀਓ ਆ ਮੈਂ ਦੁਕਾਨ ਦੇ ਵਿੱਚ ਟੈਂਟ ਦੀਆਂ ਚਾਂਨੀਆਂ ਦਾ ਸਲਾਈ ਕਰ ਰਹੀ ਹਾਂ ਇਹਨਾਂ ਚਾਂਨੀਆਂ ਪਰ ਦੇ ਕਾਫੀ ਜ਼ਿਆਦਾ ਹੋਏ ਪਏ ਸੀ ਇਹਨਾਂ ਦੀਆਂ ਤਣੀਆਂ ਟੁੱਟ ਜਾਂਦੀਆਂ ਵਾ ਜਦੋਂ ਵੇਟਰ ਬੰਦਦੇ ਆ ਤੇ ਫਿਰ ਝਟਕਾ ਮਾਰ ਕੇ ਖੋਲਦੇ ਤੇ ਤਣੀਆਂ ਨਾਲੋਂ ਟੁੱਟ ਕੇ ਵੱਖਰੀਆਂ ਹੋ ਜਾਂਦੀਆਂ ਵਾ ਜਾਂ ਕਸ ਦੇ ਵਿੱਚ ਫਸਾ ਕੇ ਪਾੜ ਦਿੰਦੇ ਤੇ ਕਾਫੀ ਜ਼ਿਆਦਾ ਹੋਈਆਂ ਪਈਆਂ ਸੀਗਾ ਪੰਡ ਬਣੀ ਪਈ ਸੀਗੀ ਸਲਾਈ ਕਰਨ ਵਾਲੀ ਤੇ ਮੈਂ ਸੋਚਿਆ ਚਲੋ ਅੱਜ ਫ੍ਰੀ ਹਾਂ ਤੇ ਸਲਾਈ ਕਰ ਲਿਗੇ ਬੈਠ ਕੇ ਮੈਂ 2 ਵਜੇ ਦੀ ਲੱਗੀ ਸੀ ਸ਼ਾਮ ਦੇ 6 ਵਜੇ ਗਏ ਸੀ ਕਿ ਮਸਾਂ ਸਲਾਈ ਕਰਕੇ ਉੱઠી ਮੈਨੂੰ ਇਹ ਬਹੁਤ ਬੋਰਿੰਗ ਜਿਹਾ ਕੰਮ ਲੱਗਦਾ ਪਰ ਘਰ ਦਾ ਕੰਮ ਕਰਨਾ ਵੀ ਪੈਣਾ ਵਾ ਹਾਂਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਜੇ ਤੁਹਾਨੂੰ ਮੇਰਾ ਥੋੜਾ ਜਿਹਾ ਵੀਲੌਗ ਪਸੰਦ ਆਉਂਦਾ ਹੈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤੁਸੀਂ ਲਾਈਕ ਨਹੀਂ ਵੀਡੀਓ ਨੂੰ ਕਰਦੇ ਪਲੀਜ਼ ਪਲੀਜ਼ ਵੀ ਲਾਈਕ ਜ਼ਰੂਰ ਕਰਿਆ ਕਰੋ ਭੁੱਲਣਾ ਜਾਇਆ ਕਰੋ ਅੰਗੂਠਾ ਜਾਂ ਦਾਬੀ ਦਿਆ ਕਰੋ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ